ਕਿਤੇ ਕੋਈ ਰੋਬਰੀ ਹੁੰਦੀ ਹੈ ਤਾਂ ਪੱਕਾ ਕੋਈ ਸਟੂਡੈਂਟ ਹੀ ਹੋਊਗਾ, ਕਿਤੇ ਕੋਈ ਐਕਸੀਡੈਂਟ ਹੁੰਦਾ ਤਾਂ ਪੱਕਾ ਕਿਸੇ ਸਟੂਡੈਂਟ ਨੇ ਹੀ ਕੀਤਾ ਹੋਊਗਾ, ਅਤੇ ਜੇ ਕੋਈ ਵੀ ਇੱਥੇ ਕੈਨੇਡਾ ਦੇ ਵਿੱਚ ਕੁਝ ਵੀ ਘਟਨਾ ਹੋ ਰਹੀ ਹੈ ਤਾਂ ਪੱਕਾ ਸਟੂਡੈਂਟ ਹੀ ਹੋਣਾ। ਮੈਨੂੰ ਤਾਂ ਲੱਗਦਾ ਜਦੋਂ ਕੈਨੇਡਾ ਦੇ ਵਿੱਚ ਜੇ ਬਾਏ ਚਾਂਸ ਕੋਈ ਵਾਰ ਹੋ ਗਈ ਤਾਂ ਉਹਦਾ ਰਿਸਪੋਂਸੀਬਲ, ਉਹਦਾ ਬਲੇਮ ਵੀ ਸਟੂਡੈਂਟ 'ਤੇ ਹੀ ਪਾਇਆ ਜਾਊਗਾ। ਇੱਕ ਆਦਤ ਬਣ ਚੁੱਕੀ ਹੈ ਜੋ ਕਿ ਮੈਂ ਇਹ ਕਹੂੰਗਾ ਕਿ ਬਹੁਤ ਗਲਤ ਹੈ, ਮੇਰੇ ਨਜ਼ਰੀਏ ਨਾਲ ਗਲਤ ਹੈ। ਠੀਕ ਹੈ, ਮੰਨਦੇ ਹਾਂ ਕਿ ਵੀ ਇਸ ਵਕਤ ਕੁਆਲਿਟੀ ਆਫ ਸਟੂਡੈਂਟ ਦੀ ਇੱਥੇ ਗਿਣਤੀ ਬਹੁਤ ਘੱਟ ਹੈ, ਅਤੇ ਬਹੁਤ ਹਾਈਲਾਈਟ ਵੀ ਹੋ ਰਿਹਾ ਇਹ ਮੁੱਦਾ ਵੀ ਸਟੂਡੈਂਟਸ ਬਹੁਤ ਜ਼ਿਆਦਾ ਬੁਲਾਏ ਜਾ ਰਹੇ ਨੇ, ਹਰ ਕੋਈ ਬਲੇਮ ਸਟੂਡੈਂਟਸ 'ਤੇ ਹੀ ਪਾਉਣ ਦੀ ਕੋਸ਼ਿਸ਼ ਕਰ ਰਿਹਾ। ਈਵਨ ਮੈਂ ਵੀ ਉਹਨੂੰ ਆਪਣੇ ਆਪ ਨੂੰ ਕਹੂੰਗਾ ਕਿ ਮੈਂ ਵੀ ਉਹਨਾਂ ਵਿੱਚੋਂ ਹੀ ਸੀਗਾ ਜੋ ਕਿ ਬਲੇਮ ਸ਼ਾਇਦ ਸਟੂਡੈਂਟ 'ਤੇ ਕਰਨ ਲੱਗ ਗਿਆ ਸੀਗਾ, ਕਿਉਂਕਿ ਹਰ ਰੋਜ਼ ਜੋ ਨਿਊਜ਼ ਫੀਡ 'ਤੇ ਸੁਣਦੇ ਹਾਂ, ਲੋਕਾਂ ਦੀ ਵੀਡੀਓਜ਼ 'ਚ ਸੁਣਦੇ ਹਾਂ, ਲੋਕ ਜੋ ਇੱਥੇ ਲੋਕਲ ਚੈਨਲ ਜੇ ਬਣਾ ਰੱਖੇ ਨੇਗੇ ਉਹ ਹਰ ਵਕਤ ਬੈਠ ਕੇ ਲੋਕਾਂ ਦੀ ਇੰਟਰਵਿਊ ਲੈਂਦੇ ਨੇ, ਅਤੇ ਉਹਦੇ ਵਿੱਚ ਹਰ ਵਾਰ ਇਹੀ ਬਸ ਕਿਹਾ ਜਾਂਦਾ ਵੀ ਸਟੂਡੈਂਟ ਸਟੂਡੈਂਟ, ਹਰ ਚੀਜ਼ ਦਾ ਬਲੇਮ ਸਟੂਡੈਂਟ 'ਤੇ ਕੀਤਾ ਜਾਂਦਾ ਹੈ। ਤਾਂ ਨੈਚੁਰਲੀ ਗੱਲ ਹੈ, ਤੁਹਾਡੇ ਦਿਮਾਗ 'ਚ ਪਊਗਾ ਵੀ ਯਾਰ ਇਹ ਤਾਂ ਸਟੂਡੈਂਟ ਹੀ ਹੋਊਗਾ ਜਿਹੜਾ ਵੀ ਇੱਥੇ ਕੁਝ ਹੋ ਰਿਹਾ, ਸਾਰੇ ਦਾ ਸਾਰਾ ਰੀਜ਼ਨ ਸਟੂਡੈਂਟ ਹੈ। ਮੈਂ ਇੱਥੇ ਪਹਿਲੀ ਗੱਲ ਹਾਈਲਾਈਟ ਕਰਨਾ ਚਾਹੁੰਦਾ ਕਿ ਮੈਂ ਸਟੂਡੈਂਟ ਨਹੀਂ ਹੈਗਾ, ਪਰ ਮੈਂ ਇੱਥੇ ਸਟੂਡੈਂਟ ਦੀ ਕਿਸੇ ਵਕਾਲਤ ਵੀ ਨਹੀਂ ਕਰਨਾ ਆਇਆ, ਪਰ ਲੇਕਿਨ ਹਰ ਰੋਜ਼ ਇੱਕੋ ਹੀ ਚੀਜ਼ ਸੁਣ ਸੁਣ ਕੇ ਐਂ ਸੋਚਦਾ ਵੀ ਸੱਚੀ ਯਾਰ ਕੋਈ ਸਟੂਡੈਂਟ, ਸਟੂਡੈਂਟ ਇੰਨੇ ਮਾੜੇ ਨੇ ਇੱਥੇ, ਸਾਰੇ ਕੰਮ ਕੈਨੇਡਾ ਦਾ ਜਿਹੜਾ ਹਾਲ ਹੋਇਆ ਸਾਰਾ ਸਟੂਡੈਂਟ ਕਰਕੇ ਹੋਇਆ। ਪਰ ਨਹੀਂ ਯਾਰ, ਮੇਰੀ ਗੱਲ ਸਮਝਣ ਦੀ ਕੋਮਨ ਸੈਂਸ ਦੀ ਗੱਲ ਹੈ, ਤੁਹਾਨੂੰ ਮੈਂ ਦੱਸਾਂ ਇੱਥੇ ਕੈਨੇਡਾ ਸਿਰਫ ਇਮੀਗ੍ਰੈਂਟ ਸਟੂਡੈਂਟਸ ਨਹੀਂ ਹੈਗੇ, ਸਭ ਤੋਂ ਜ਼ਿਆਦਾ ਕੈਨੇਡਾ ਦੇ ਵਿੱਚ ਜਿੰਨਾ ਜ਼ਿਆਦਾ ਇੱਥੇ ਰਿਫਿਊਜੀ ਜਾਂ ਅਸਾਈਲਮ ਵਾਲੇ ਆਉਂਦੇ ਨੇ ਜਾਂ ਹੋਰਾਂ ਕੰਟਰੀਆਂ ਤੋਂ ਵਿੱਚੋਂ ਆਉਂਦੇ ਨੇ, ਮੈਨੂੰ ਨਹੀਂ ਲੱਗਦਾ ਇੰਨਾ ਸਟੂਡੈਂਟ ਦੀ ਗਿਣਤੀ ਇੰਨੀ ਜ਼ਿਆਦਾ ਹੋਊਗੀ, ਸਟੂਡੈਂਟ ਦੀ ਗਿਣਤੀ ਜ਼ਿਆਦਾ ਹੈ। ਬਟ ਜੇ ਕਹਾਂ ਇੱਥੇ ਹੋ, ਜੇ ਤੁਸੀਂ ਦੇਖੋਗੇ ਸਟੂਡੈਂਟ ਇੱਥੇ ਪੈਸਾ ਲੈ ਕੇ ਆਉਂਦੇ ਨੇ, ਪੈਸਾ ਲਗਾ ਕੇ ਆਉਂਦੇ ਨੇ, ਬਿਲਕੁਲ ਵੀ ਐਸੀ ਗੱਲ ਨਹੀਂ ਕਿ ਸਟੂਡੈਂਟ ਚੱਕ ਕੇ ਜੋ ਹੈ ਕੋਈ ਗਰੀਬ ਕੰਟਰੀ ਦੇ ਵਿੱਚੋਂ ਆ ਰਹੇ ਨੇ ਜਾਂ ਕੋਈ ਗਰੀਬ ਸਟੂਡੈਂਟ ਹੀ ਇੱਥੇ ਆ ਰਿਹਾ। ਜਿਹੜੇ ਇੱਥੇ ਅਸਾਈਲਮ ਲੈ ਕੇ ਆ ਰਹੇ ਨੇਗੇ, ਜਿਹੜੇ ਸੀਰੀਆ, ਇਰਾਨ, ਸੋਮਾਲੀਆ, ਹੋਰ ਅਫਗਾਨਿਸਤਾਨ, ਪਤਾ ਨਹੀਂ ਯੂਕਰੇਨ, ਪਤਾ ਨਹੀਂ ਕਿਹੜੀ ਕਿਹੜੀ ਕੰਟਰੀ ਤੋਂ, ਉਹਨਾਂ ਦਾ ਕੋਈ ਬੈਕਗਰਾਊਂਡ ਨਹੀਂ ਚੈੱਕ ਹੈਗਾ, ਉਹਨਾਂ ਦਾ ਕੁਛ ਕ੍ਰਿਮੀਨਲ ਰਿਕਾਰਡ ਨਹੀਂ ਚੈੱਕ ਹੈਗਾ, ਪਰ ਉਹ ਇੱਥੇ ਆ ਰਹੇ ਨੇਗੇ, ਉਹ ਸਟੂਡੈਂਟ ਹੀ ਨੇ ਸਾਰੇ। ਜੋ ਗਿਣਤੀ ਇੱਥੇ ਅਸਾਈਲਮ ਸੀਕਰ ਦੀ ਹੈਗੀ ਹੈ, ਰਿਫਿਊਜੀ ਕੇਸਿਸ ਜੋ ਲੱਗ ਰਹੇ ਨੇਗੇ, ਤੁਸੀਂ ਦੇਖੋਗੇ ਤਾਂ ਉਹ ਕੋਈ ਕੁਆਲਿਟੀ ਆਫ ਲਾਈਕ ਇੱਥੇ ਇਮੀਗ੍ਰੈਂਟਸ ਨਹੀਂ ਹੈਗੇ, ਅਤੇ ਸਾਰਾ ਬਲੇਮ ਸਟੂਡੈਂਟਸ 'ਤੇ ਲਗਾਇਆ ਜਾਂਦਾ, ਜਦਕਿ ਬਹੁਤ ਸਭ ਨੂੰ ਪਤਾ ਕਿ ਇੱਥੇ ਰੋਬਰੀ ਕਰਦੇ ਕਿਹੜੇ ਲੋਕ ਫੜੇ ਜਾਂਦੇ ਨੇ, ਇੱਥੇ ਕਾਰਾਂ ਚੋਰੀਆਂ ਕਰਦੇ ਕਿਹੜੇ ਲੋਕ ਫੜੇ ਜਾਂਦੇ ਨੇ, ਇੰਡੀਅਨ ਦੇ ਪੰਜਾਬੀਆਂ ਦੇ ਵੀ ਨਾਮ ਹਾਈਲਾਈਟ ਹੁੰਦੇ ਨੇ। ਮੈਂ ਨਹੀਂ ਇਸ ਚੀਜ਼ ਨੂੰ ਇਨਕਾਰ ਕਰਦਾ ਕਿ ਵੀ ਹਾਂ ਉਹ ਆਪਣੇ ਲੋਕ ਨਹੀਂ ਵਿੱਚ ਇਨਵੋਲਵ ਹੈਗੇ, ਪਰ ਹਰ ਚੀਜ਼ ਆਪਣੇ ਲੋਕਾਂ 'ਤੇ ਪਾ ਦੇਣੀ, ਇਹ ਆਪਾਂ ਨੇ ਖੁਦ ਲੋਕਾਂ ਨੂੰ ਦੱਸ ਦਿੱਤਾ ਕਿ ਆਪਾਂ ਹੀ ਲੋਕ ਆਪਣੇ ਹੀ ਦੁਸ਼ਮਣ ਹਾਂ। ਹੁਣ ਮੈਂ ਤੁਹਾਨੂੰ ਇਹਦੇ ਵਿੱਚ ਦੱਸਦਾ ਵੀ ਇਹਦੇ ਵਿੱਚ ਥੋੜ੍ਹਾ ਤੁਹਾਨੂੰ ਇਹ ਜਿਹੜਾ ਇਹ ਤੁਹਾਡਾ ਕਰਮ ਹੈ ਤੁਹਾਨੂੰ ਕਿਵੇਂ ਹਿੱਟ ਕਰੇਗਾ। ਇਹਦੇ ਵਿੱਚ ਤੁਸੀਂ ਆਪ ਹੁਣ ਲੋਕਾਂ ਨੂੰ ਦੱਸ ਰਹੇ ਹੋ ਕਿ ਯਾਰ ਜਦੋਂ ਵੀ ਕੋਈ ਪ੍ਰੋਬਲਮ ਇਹੋ ਜਿਹੀ ਚੀਜ਼ ਹੁੰਦੀ ਹੈ, ਕੋਈ ਵੀਡੀਓ ਪਾਉਂਦਾ, ਚਾਹੇ ਉਹ ਗੋਰਾ ਪਾਵੇ ਜੋ ਕਾਲਾ ਪਾਵੇ, ਕੋਈ ਵੀ ਵੀਡੀਓ ਪਾਉਂਦਾ ਹੈ ਇਸ ਮੁੱਦੇ 'ਤੇ ਕਿ ਕੋਈ ਕੈਨੇਡਾ ਦੇ ਵਿੱਚ ਕੁਛ ਹੋਇਆ ਤਾਂ ਉਹਦਾ ਕੀ ਰੀਜ਼ਨ ਹੈ, ਜਾਂ ਕੋਈ ਵੀ ਆਪਣੇ ਉਹਦੇ ਵਿੱਚ ਕਮੈਂਟ ਬੋਕਸ ਦੇ ਵਿੱਚ ਆਪਣੇ ਲੋਕਾਂ ਨੂੰ ਹੀ ਬਲੇਮ ਕਰਨਾ ਸ਼ੁਰੂ ਕਰ ਦਿੰਦੇ ਨੇ ਕਿ ਈਵਨ ਉਹਨਾਂ ਨੂੰ ਵੀ ਇਹ ਲੱਗਣ ਲੱਗ ਗਿਆ, ਹੁਣ ਗੋਰੇ ਅਤੇ ਕਾਲੇ ਜਾਂ ਕੋਈ ਵੀ ਇੱਥੇ ਕਮਿਊਨਿਟੀ ਦੇ ਲੋਕ ਨੇ, ਉਹਨਾਂ ਨੂੰ ਸਭ ਤੋਂ ਪਹਿਲਾਂ ਇਹੀ ਪਤਾ ਲੱਗਣ ਲੱਗ ਗਿਆ ਕਿ ਇਹਦੇ ਵਿੱਚ ਤਾਂ ਯਾਰ ਕਲ ਇਹਨਾਂ ਦਾ ਹੀ ਦੋਸ਼ ਹੈ, ਇੰਡੀਅਨਸ ਦਾ ਹੀ ਦੋਸ਼ ਹੈ, ਪੰਜਾਬੀਆਂ ਦਾ ਹੀ ਦੋਸ਼ ਹੈ। ਉਹ ਕਮੈਂਟ ਬੋਕਸ ਤੁਸੀਂ ਪੜ੍ਹਿਆ ਕਰੋ, ਤੁਹਾਨੂੰ ਐਡੇ ਹੈਰਾਨੀ ਹੁੰਦੀ ਹੈ ਵੀ ਦੇਖੋ ਤੁਸੀਂ ਵੀ ਬਿਨਾਂ ਕਿਸੇ ਮਤਲਬ ਕਿ ਬਿਨਾਂ ਕਿਸੇ ਤਰਕ ਤੋਂ, ਬਿਨਾਂ ਕਿਸੇ ਲੌਜਿਕ ਤੋਂ ਸਭ ਤੋਂ ਪਹਿਲਾਂ ਬਲੇਮ ਕਿਸ ਆਪਣੇ ਲੋਕਾਂ 'ਤੇ ਪਾਇਆ ਜਾ ਰਿਹਾ। ਉਹਦੇ ਵਿੱਚ ਮੈਂ ਉਹਨਾਂ ਦਾ ਕਸੂਰ ਹੈ ਹੀ ਨਹੀਂ ਗਾ, ਆਪਣੇ ਲੋਕ ਇੰਡੀਆ ਤੋਂ ਇਮੀਗ੍ਰੇਸ਼ਨ ਬਹੁਤ ਜ਼ਿਆਦਾ ਹੋਇਆ ਕੁਛ ਸਾਲਾਂ ਤੋਂ, ਅਤੇ ਲੋਕ ਆਪਣੇ ਲੋਕ ਬਹੁਤ ਜ਼ਿਆਦਾ ਤੁਸੀਂ ਲਗਾਓਗੇ ਕਿ ਹਾਈਲਾਈਟ ਹੋ ਰਹੇ ਨੇਗੇ, ਚਾਹੇ ਉਹ ਸਕਸੈਸ ਦੇ ਵਿੱਚ ਹੋਵੇ, ਚਾਹੇ ਉਹ ਫੇਲੀਅਰ ਦੇ ਵਿੱਚ ਹੋਵੇ, ਚਾਹੇ ਉਹ ਕਿਸੇ ਵੀ ਤਰ੍ਹਾਂ ਦੇ ਇੱਥੇ ਪੋਲੀਟੀਕਲ ਦੇ ਵਿੱਚ ਹੋਵੇ,
ਜਾਂ ਕਿਸੇ ਵੀ ਤਰ੍ਹਾਂ ਦੇ ਮੁੱਦੇ ਦੇ ਵਿੱਚ ਹੋਵੇ, ਆਪਣੇ ਲੋਕ ਹਾਈਲਾਈਟ ਹੋਏ ਨੇਗੇ, ਔਰ ਇਸ ਚੀਜ਼ ਦੀ ਕਿਸੇ ਕੁਝ ਲੋਕਾਂ ਨੂੰ ਜੈਲਸੀ ਵੀ ਹੋਈ ਹੈ ਅਤੇ ਕੁਝ ਲੋਕਾਂ ਨੇ ਇਸ ਚੀਜ਼ ਦਾ ਨਜਾਇਜ਼ ਫਾਇਦਾ ਵੀ ਚੱਕਿਆ ਹੈ। ਆਪਣੇ ਲੋਕਾਂ ਨੇ ਨੋ ਡਾਊਟ ਕਿ ਗਲਤੀਆਂ ਕੀਤੀਆਂ ਨੇਗੀਆਂ, ਪਰ ਹਰ ਚੀਜ਼ ਦੇ ਵਿੱਚ ਯਾਰ ਤੁਸੀਂ ਇੰਨੀ ਕੋਮਨ ਸੈਂਸ ਲਗਾਓ। ਹੁਣ ਉਹ ਕੀ ਗੱਲ ਹੈ, ਤੁਸੀਂ ਇੱਕ ਦੂਜੇ ਨੂੰ ਤਾਂ ਬਲੇਮ ਕਰਨ ਲੱਗੇ ਹੋ, ਤੁਸੀਂ ਬਲੇਮ ਕਰਦੇ ਹੋ ਕਿ ਆਪਣੇ ਦੇਸੀਆਂ 'ਤੇ, ਪੰਜਾਬੀਆਂ 'ਤੇ, ਜਦੋਂ ਉਹ ਕਮੈਂਟ ਕਰਦੇ ਨੇ ਦੂਜੇ ਗੋਰੇ ਜਾਂ ਕਾਲੇ ਕਿ ਯਾਰ ਆਹ ਇਹ ਕਮਿਊਨਿਟੀ ਦੇ ਲੋਕ ਨੇ, ਉਹ ਹਾਈਲਾਈਟ ਇਹ ਨਹੀਂ ਕਰਦੇ ਵੀ ਪਰਟੀਕੁਲਰ ਬੰਦਾ ਹੈ, ਉਹ ਹਾਈਲਾਈਟ ਕਰਦੇ ਨੇ ਕਿ ਇਹ ਬੰਦਾ ਇਹੀ ਕਮਿਊਨਿਟੀ ਦੀ ਹੈ, ਇੰਡੀਅਨ ਨੂੰ ਰਿਪੋਰਟ ਕਰੋ, ਉਹ ਐਂ ਕਹਿੰਦੇ ਨੇ, ਇੰਡੀਅਨ ਨੂੰ ਪੰਜਾਬੀਆਂ ਨੂੰ ਰਿਪੋਰਟ ਕਰੋ। ਹੁਣ ਤੁਸੀਂ ਕੀ ਕਰੋਗੇ, ਹੁਣ ਤੁਸੀਂ ਪੰਜਾਬੀ ਦੇ ਵਿੱਚ ਵੀ ਤੁਸੀਂ ਆ ਜਾਂਦੇ ਹੋ, ਇੰਡੀਅਨ ਦੇ ਵਿੱਚ ਵੀ ਤੁਸੀਂ ਆ ਜਾਂਦੇ ਹੋ, ਫਿਰ ਤੁਸੀਂ ਹੁਣ ਕੀ ਕਰੋਗੇ? ਇਹ ਤਾਂ ਤੁਹਾਨੂੰ ਸਾਰਿਆਂ ਨੂੰ ਹੀ ਉਹ ਬਲੇਮ ਕਰਨ ਲੱਗ ਗਏ ਨੇਗੇ, ਕਿਉਂਕਿ ਤੁਸੀਂ ਖੁਦ ਇੱਕ ਦੂਜੇ ਨੂੰ ਬਲੇਮ ਕਰ ਰਹੇ ਹੋ, ਤੁਸੀਂ ਖੁਦ ਇੱਕ ਦੂਜੇ 'ਤੇ ਖਾਰ ਖਾ ਰਹੇ ਹੋ। ਮੈਂ ਨਹੀਂ ਕਹਿੰਦਾ, ਤੁਸੀਂ ਆਪਾਂ ਨੂੰ ਮੰਨਦੇ ਹਾਂ ਕਿ ਵੀ ਉਹ ਚੀਜ਼ਾਂ ਨੂੰ ਹਾਈਲਾਈਟ ਕਰਨੇ ਚਾਹੀਦੇ ਨੇ, ਕੁਝ ਮੁੱਦੇ ਵੀ ਜਿਹੜੇ ਲੋਕ ਇੱਥੇ ਗਲਤ ਕਰਦੇ ਨੇਗੇ, ਚਾਹੇ ਉਹ ਸਟੂਡੈਂਟ ਹੋਣ, ਚਾਹੇ ਉਹ ਵਰਕ ਪਰਮਿਟ 'ਤੇ ਹੋਣ, ਚਾਹੇ ਉਹ PR ਹੋਣ, ਜਾਂ ਕਿਸੇ ਵੀ ਤਰ੍ਹਾਂ ਦੇ ਵੀਜ਼ੇ 'ਤੇ ਆਏ ਹੋਣ, ਜਾਂ LMI ਲੈ ਕੇ, ਜਾਂ ਕਿਸੇ ਤਰ੍ਹਾਂ ਦੇ ਵੀ ਵਿਜ਼ਟਰ ਵੀਜ਼ੇ 'ਤੇ ਵੀ। ਹੁਣ ਵਿਜ਼ਟਰ ਵੀਜ਼ੇ 'ਤੇ ਆਪਾਂ ਗੱਲ ਕਰੀਏ, ਵਿਜ਼ਟਰ ਵੀਜ਼ਾ 'ਤੇ ਆ ਕੇ ਲੋਕ ਕਿੱਥੇ ਗੰਦ ਨਹੀਂ ਪਾ ਰਹੇ? ਵਿਜ਼ਟਰ ਵੀਜ਼ਾ 'ਤੇ ਆ ਕੇ ਇੱਥੇ ਕੈਸ਼ 'ਤੇ ਕੰਮ ਕਰਦੇ ਨੇਗੇ, ਜੋ ਲੋਕਾਂ ਦੀ ਜੋਬਸ ਵੀ ਤਾਂ ਖਾਂਦੇ ਨੇ ਉਹ, ਆਪਾਂ ਸਾਫ਼ ਕਹਿੰਦੇ ਹਾਂ, ਲੋਕਾਂ ਦੀ ਜੋਬ ਖਾਂਦੇ ਨੇਗੇ ਉਹ, ਜੋ ਕਿ ਇੱਥੇ ਕੈਸ਼ 'ਤੇ ਕੰਮ ਕਰਦੇ ਨੇਗੇ ਫੈਕਟਰੀਆਂ ਦੇ ਵਿੱਚ, ਠੀਕ ਹੈ। ਫਿਰ ਉਹ ਕੀ ਗਲਤ ਕੰਮ ਨਹੀਂ ਹੈਗਾ? ਉਹ ਵੀ ਤਾਂ ਗਲਤ ਕੰਮ ਹੀ ਹੈ, ਉਹ ਗੰਦ ਨਹੀਂ ਪਾ ਰਹੇ, ਉਹ ਲੋਕਾਂ ਦੀ ਜੋਬਸ ਨਹੀਂ ਖਾ ਰਹੇ। ਫਿਰ ਇਹ ਚੀਜ਼ ਹਾਈਲਾਈਟ ਕਿਉਂ ਹੁਣ ਹੋਣ ਲੱਗੀ ਹੈ ਨਾ, ਉਹ ਚੀਜ਼ ਹਾਈਲਾਈਟ ਤੁਸੀਂ ਵੀ ਹੁਣ ਦੇਖਿਆ ਹੋਊਗਾ, ਹੁਣ ਕਈ ਵਾਰ ਲੋਕ ਹੁਣ ਕਹਿਣ ਸ਼ੁਰੂ ਕਰ ਗਏ ਨੇ ਕਿ ਵਿਜ਼ਟਰ ਵੀਜ਼ਾ 'ਤੇ, ਇਹ ਕਿਉਂ ਹੋ ਰਿਹਾ? ਕਿਉਂਕਿ ਤੁਸੀਂ ਖੁਦ ਪਹਿਲਾਂ ਕਹਿਣਾ ਸ਼ੁਰੂ ਕੀਤਾ ਸੀਗਾ ਵੀ ਇਸ ਤਰ੍ਹਾਂ ਵੀ ਪੰਜਾਬੀਆਂ ਨੇ ਗੰਦ ਪਾਇਆ, ਪੰਜਾਬੀ ਇਹ ਕਰ ਰਹੇ ਨੇ, ਆਪਣੇ ਇੰਡੀਅਨ ਸਟੂਡੈਂਟ ਆਹ ਕਰ ਰਹੇ ਨੇ, ਫਿਰ ਤਾਂ ਸਾਰੇ ਹੀ ਹਾਈਲਾਈਟ ਹੋਣਗੇ। ਜਦੋਂ ਇੱਕ ਹੋਊਗਾ ਤਾਂ ਸਾਰੇ ਹੀ ਹਾਈਲਾਈਟ ਹੋਣਗੇ। ਤੁਸੀਂ ਜੇ ਇਸ ਤਰ੍ਹਾਂ ਕਰਦੇ ਕਿ ਹਾਂ ਵੀ ਪਰਟੀਕੁਲਰ ਬੰਦੇ ਨੇ ਇਹ ਕੀਤਾ, ਪਰਟੀਕੁਲਰ ਬੰਦੇ ਨੇ ਵੀ ਉਹ ਚਾਹੇ ਪੰਜਾਬੀ ਹੈ ਚਾਹੇ ਕੋਈ ਵੀ ਹੈ, ਉਹਨੇ ਹਾਈਲਾਈਟ ਕੀਤਾ ਤੁਹਾਡੀ ਵੀਡੀਓ ਦੇ ਵਿੱਚ, ਜਿੰਨੀ ਵੀ ਮੈਂ ਵੀਡੀਓ ਦੇਖੀਆਂ ਨੇਗੀਆਂ ਇਸ ਚੀਜ਼ਾਂ ਬਾਰੇ, ਉਹ ਸਾਰੀਆਂ ਆਪਣੇ ਲੋਕਾਂ ਨੂੰ ਲੈ ਕੇ ਹੀ ਹੁੰਦੀਆਂ ਨੇ। ਤੁਸੀਂ ਜਿਹੜੇ ਆਪਣੇ ਲੋਕਾਂ ਨੇ ਹੀ ਪਾਈ ਹੁੰਦੀ, ਆਪਣੀ ਕਮਿਊਨਿਟੀ ਦੇ ਲੋਕ ਹੀ ਪਾਉਂਦੇ ਨੇ, ਕਿਉਂਕਿ ਉਹਦੇ 'ਤੇ ਵਿਊਜ਼ ਜ਼ਿਆਦਾ ਆਉਂਦੇ ਨੇਗੇ, ਕਿਉਂਕਿ ਲੋਕ ਉਸ ਚੀਜ਼ ਨੂੰ ਦੇਖਣਾ ਪਸੰਦ ਕਰਦੇ ਨੇ ਕਿ ਵੀ ਆਪਣੇ ਲੋਕ ਉੱਥੇ ਕੀ ਕਰ ਰਹੇ ਨੇਗੇ, ਚਾਹੇ ਉਹ ਸਕਸੈਸ ਹੋਵੇ ਚਾਹੇ ਉਹ ਫੇਲੀਅਰ ਹੋਵੇ। ਤਾਂ ਇਸ ਕਰਕੇ ਤੁਹਾਨੂੰ ਇਹੀ ਕਹੂੰਗਾ ਕਿ ਆਪਣੇ ਆਪ ਨੂੰ ਇਸ ਤਰ੍ਹਾਂ ਭੰਨਾ ਬੰਦ ਕਰ ਦਿਓ, ਤੁਸੀਂ ਬਹੁਤ ਬੁਰੇ ਨਤੀਜੇ ਆਉਣ ਵਾਲੇ ਨੇ ਇਸ ਚੀਜ਼ ਦੇ। ਸਖਤੀ ਤਾਂ ਇੱਥੇ ਪਹਿਲਾਂ ਹੀ ਹੋ ਚੁੱਕੀ ਹੈ, ਜਿਹੜੇ ਹੁਣ ਤੁਸੀਂ ਦੋ ਚਾਰ ਰਹਿ ਗਏ ਹੋ ਇੱਥੇ, ਉਹਨਾਂ ਦਾ ਵੀ ਹੋਰ ਬੁਰਾ ਹਾਲ ਹੋ ਜਾਣਾ। ਤੁਹਾਡੀ ਮਰਜ਼ੀ ਹੈ, ਬਾਕੀ ਤੁਸੀਂ ਕੀ ਸੋਚਦੇ ਇਸ ਬਾਰੇ ਜ਼ਰੂਰ ਦੱਸਿਓ।